इस तो पहला मैं कोई अलत करा, सब तो पहला मैं सरदार बहादुर साहब दर्शन सिंह जी दी जिन्हां दे साहिबजादे काका राजविंदर सिंह दी विआह दी खुशी दे आप सारे इकट्ठे हुए हैं। मैं सारे कलाकारां वल्लों इस खुशी दे मौके ते उन्हां दे सारे परिवार नूं बहुत बहुत बधाई दिंदा। बाकी सुखपाल ढिल्लों भाजी होरे जिहड़े सानूं समगलिंग करके लेके आए आ उत्थों, उन्हां दा असीं तहे दिलों शुक्रिया अदा करते हां। सरोते अजे तक तां वधिया बैठे आ, जदों शक्ति बट शुरू हो गया उदू बाद मैनूं पता नहीं लगा भाई की होणा। मैनूं फिर भी उम्मीद है भी तुसीं वधिया ढंग नाल सुणोगे। जिहड़े बंदे खड़े आ, अगर थोड़ा थला थले लग जाए तां हर्ज कोई नहीं है। अगर नहीं कोई इदां दी गलबात हो सकदी तां तुसीं इसे तरह ही खड़े रहना। मैनूं हुक्म होया ਵਿਆਹ ਵਾਲੇ ਕਾਕਾ ਜੀ ਕਿੱਥੇ ਆ ਜਿਹਨਾਂ ਦਾ ਕੰਮ ਬਣਿਆ? ਕੋਈ ਗੱਲ ਨਹੀਂ, ਜਦੋਂ ਬੰਦੇ ਦਾ ਨਵਾਂ ਨਵਾਂ ਵਿਆਹ ਹੁੰਦਾ ਬੰਦਾ ਪਹਿਲਾਂ ਸੰਗਦਾ ਫਿਰ ਬਾਅਦ 'ਚ ਖੰਘਦਾ। ਵਿਆਹ ਇੱਕ ਇਹੋ ਜਿਹੀ ਚੀਜ਼ ਆ ਵੀ ਵਿਆਹ ਜਿਹਦਾ ਹੋਇਆ ਵੀ ਹੋਵੇ ਉਹਦੇ ਸਾਹਮਣੇ ਆਪਾਂ ਵਿਆਹ ਦਾ ਨਾਂ ਲੈ ਦਈਏ ਉਹਦਾ ਵੀ ਇੱਕ ਵਾਰੀ ਮੂੰਹ ਕਰਾਰਾ ਜਿਹਾ ਹੋ ਜਾਂਦਾ। ਇਹ ਖੁਸ਼ਕਿਸਮਤੀ ਹੈ ਕਿਸੇ ਬੰਦੇ ਦਾ ਵਿਆਹ ਹੋਣਾ। ਜਨਾਨੀ ਸੋਹਣੀ ਆ ਜੇ ਫਿਰ ਤਾਂ ਕਿਆ ਹੀ ਬਾਤ ਆ, ਜੇ ਜਨਾਨੀ ਕਿਤੇ ਸਲਾਗ ਆ ਜੇ ਸਿਆਣੀ ਆ ਜੇ ਫਿਰ ਕਿਆ ਹੀ ਬਾਤ। ਕਿਸ ਕਿਸਮਤ ਦੇ ਸੌਦੇ ਕਈ ਬੰਦੇ ਇਹੋ ਜਿਹੇ ਵੀ ਸਾਰੀ ਜ਼ਿੰਦਗੀ ਹੁੰਦਾ ਹੀ ਨਹੀਂ ਆ ਬੈਠਾ। ਕੈਸਾ ਫੰਡਰ ਕਾਟੋ ਵਰਗਾ ਇਹਦਾ ਮੂੰਹ ਆ, ਬਾਹਰ ਵੀ ਘੁੰਮਿਆ ਸੀ ਕੋਈ ਗੱਲ ਨਹੀਂ, ਕੈਨੇਡਾ ਅਮੈਰੀਕਾ ਜਾਇਆ, ਪਰ ਨਹੀਂ ਵਿਆਹ ਮੰਗਣਾ ਹੋਇਆ ਨਾ ਹੋਣ ਦੀ ਸੰਭਾਵਨਾ ਹੀ ਹੈ। ਘਰਦਿਆਂ ਨੇ ਇਹਨੂੰ ਬੜੀਆਂ ਦਵਾਈਆਂ ਬੂਟੀਆਂ ਦਿੱਤੀਆਂ, ਬੜੇ ਕਾੜੇ ਕੂੜੇ ਦਿੱਤੇ, ਕੋਈ ਨਈ ਗੱਲਬਾਤ ਬਣੀ। ਇੱਕਦਮ ਮੈਨੂੰ ਕਹਿੰਦਾ ਢਿੱਲੋ ਯਾਰ ਖੜ ਪੱਕ ਜੇ ਹੋ ਗਿਆ ਵੀ ਰੋਟੀ ਪਾਣੀ ਲਈ ਬੜੇ ਤੰਗ ਉਮਰ ਲੰਘਦੀ ਜਾਂਦੀ ਆ ਵੀ ਕੋਈ ਦੇਖਣ ਤੂੰ ਤਾਂ ਫਿਰਦਾ ਤੁਰਦਾ ਰਹਿੰਦਾ ਬਾਹਰ ਅੰਦਰੋਂ, ਕੋਈ ਦੇਖਣ ਦੁੱਖਣ ਵਾਲਾ ਆਉਂਦਾ ਹੀ ਨਹੀਂ। ਮੈਂ ਕਿਹਾ ਆ ਜਾਊ, ਕਹਿੰਦਾ ਕਿਵੇਂ? ਮੈਂ ਕਿਹਾ ਆਇਆ ਕਰ ਵੀ ਸਾਡੇ ਪਿੰਡ ਤੋਂ ਬਾਹਰ ਇੱਕ ਪੀਰ ਮਲੋਈ ਦੀ ਜਗ੍ਹਾ ਬੜੀ ਕਰਾਮਾਤ ਵਾਲੀ ਜਗ੍ਹਾ, ਉੱਥੇ ਜਾ ਕੇ ਭਾਈ ਦਸ ਦਿਨ ਧੂਫ ਬੱਤੀ ਕਰ ਗਿਆ ਮੈਂ ਤੇ ਤੇਰਾ ਕੰਮ ਬਣਿਆ। ਉਹ ਮੈਂ ਤਾਂ ਇਹਨੇ ਹੱਥ ਮਜ਼ਾਕ ਦੀ ਗੱਲ ਕੀਤੀ, ਇਹ ਵਿਚਾਰਾ ਲਾਈ ਲੱਗ ਚਾਰਾ ਮਾਰਿਆ ਮੈਥੋਂ ਬਗੈਰ ਪੁੱਛੇ, ਉੱਥੇ ਜਾ ਕੇ ਦਸ ਦਿਨ ਦੇਸੀ ਘਿਓ ਨਾਲ ਧੂਫ ਬੱਤੀ ਕਰਦਾ ਰਿਹਾ। ਗਿਆਰਵੇਂ ਦਿਨ ਇਹਨਾਂ ਦੀ ਗੋਲੀ ਮਰ ਗਈ। ਗਿਆਰਵੇਂ ਦਿਨ ਪੀਰ ਮਲੋਈ ਦੀ ਜਗ੍ਹਾ ਤੇ ਗਿਆ, ਉੱਥੇ ਜਾ ਕੇ ਧੂਫ ਬੱਤੀ ਕੀਤੀ, ਮੈਂ ਤਰਲਾ ਕੀਤਾ, ਕਹਿੰਦਾ ਹੇ ਪੀਰ ਮਲੋਈ, ਕਹਿੰਦਾ ਮੈਨੂੰ ਤਾਂ ਕੀ ਦੇਣੀ ਸੀ ਸਾਡੇ ਕੋਲੇ ਦੀ ਵੀ ਕੋਈ। ਫਿਰ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਜੀ ਮਾਈ ਗੁਜਰ ਗਈ। ਮੈਂ ਕਿਹਾ ਮਾਈ ਕਿਹੜਾ ਸੌਂਦੀ ਸੀ, 80-85 ਸਾਲ ਦੀ ਮਾਈ ਸੀ, ਹੁਣ ਉਹਨੇ ਕਿਹੜਾ ਫੁੱਟਬਾਲ ਖੇਡਣ ਲੱਗਣਾ ਸੀ, ਉਹਦਾ ਗੁਜਰਨ ਦਾ ਟਾਈਮ ਸੀ। ਕੋਈ ਗੱਲ ਨਹੀਂ, ਕੋਈ ਮਾੜੀ ਗੱਲ ਨਹੀਂ ਹੋਈ, ਪਰ ਤੇਰਾ ਕੰਮ ਬਣੋ ਜ਼ਰੂਰ। ਉਹੀ ਗੱਲ ਹੋਈ 5-4 ਦਿਨਾਂ ਬਾਅਦ ਇਹਨੂੰ ਰਿਸ਼ਤਾ ਕਰਨ ਵਾਲੇ ਆ ਕੇ ਦੇਖਣ ਵਾਲੇ, ਘਰਦਿਆਂ ਨੂੰ ਆ ਕੇ ਪੁੱਛਦੇ, ਕਹਿੰਦੇ ਜੀ ਆਪਣਾ ਕਾਕਾ ਕੀ ਕੰਮ ਕਰਦਾ? ਘਰਦੇ ਕਹਿੰਦੇ ਜੀ ਸਾਡਾ ਮੁੰਡਾ ਭਾਂਡੇ ਵੇਚਦਾ। ਕਹਿੰਦੇ ਵਾ, ਫਿਰ ਤਾਂ ਨੀ ਕਹਿੰਦੇ ਤੁਹਾਡਾ ਭਾਂਡਾ ਦਾ ਬੜਾ ਤਕੜਾ ਬਿਜ਼ਨਸ ਹੋਣਾ, ਤੁਹਾਡੀ ਬਹੁਤ ਵੱਡੀ ਦੁਕਾਨ ਹੋਣੀ ਆ ਭਾਂਡੇ ਦੀ। ਕਹਿੰਦੇ ਕਾਹਨੂੰ ਜੀ, ਘਰੋਂ ਰਸੋਈ ਚੋਂ ਜਾ ਕੇ ਵੇਚਦਾ। ਬਾਅਦ ਦੇ ਵਿੱਚ ਮੈਂ ਕੁਛ ਨਵੀਆਂ ਪੁਰਾਣੀਆਂ ਚੋਂਚਲੇ ਕਰਕੇ ਜਾਊਂ, ਕੁਛ ਕਿਸਤਾਂ ਤੁਸੀਂ ਸੁਣਿਆ ਜਿਵੇਂ ਮਹਿਫਲ ਅਮਲੀ ਦੀ, ਭਜਨਾ ਅਮਲੀ, ਹੱਡ ਵਿੱਤੀ ਅਮਲੀ ਦੀ, ਆਉਣ ਵਾਲੀ ਕਿਸਤਾਂ ਭਜਨਾ ਅਮਲੀ ਜੇਲ੍ਹ 'ਚ, ਤੇ ਉਮੀਦ ਆ ਵੀ ਜਦੋਂ ਨੂੰ ਰਿਲੀਜ਼ ਹੋਣੀ ਆ ਉਦੋਂ ਨੂੰ ਜ਼ਰੂਰ ਜੇਲ੍ਹ 'ਚ ਹੋਵਾਂਗੇ। ਡਾਕਟਰ ਆ ਗਏ ਕਾਕਾ ਜੀ ਵਿਆਹ ਵਾਲੇ, ਤਾੜੀਆਂ ਮਾਰ ਦਿਓ ਇਹਨਾਂ ਦੇ ਨਾਂ ਦੀਆਂ, ਮਾਰ ਦਿਓ ਮਾਰ ਦਿਓ, ਸ਼ੁਕਰੀਆ। ਲਾ ਇਸ ਤੋਂ ਬਾਅਦ ਕੀ ਡਾਕਟਰ ਸਾਹਿਬ ਕੀ ਸਿੱਖਿਆ? ਡਾਕਟਰ ਸਾਹਿਬ ਗੁਰਜੰਟ ਸਿੰਘ ਜੀ ਹੋਰੇ ਉਹ ਇਨਾਮ ਦੇ ਕੇ ਗਏ, ਇੱਥੇ ਆ ਜਾਣਾ ਨਾਲੇ ਇਨਾਮ ਲੈ ਆਉਣ। ਕੋਈ ਗੱਲ ਅਜੇ ਮੂਡ ਬਣਾਉਂਦੇ ਮਹਾਰਾਜ ਮਹਾਰਾਜ ਦੇ ਵੀ ਜੋੜੀਆਂ ਮੇੜੀਆਂ ਰਹਿਣ ਤਰਬਾਦੀ ਸਾਹਿਬ ਤੁਹਾਡੇ ਘਰਾਂ ਤੇ ਗਾਣਾ ਭਾਈ ਸਾਡੇ ਕਿਹੜਾ ਘਲੋਕੇ ਚੱਲਦੇ ਆ, ਹੱਜ ਕੋਈ ਨੀ ਇਨਾਮ ਦੇ। ਲਾ ਮੈਂ ਦੇਖਿਆ ਨਰਮਾ ਰੂਮਾ ਠੀਕ ਸੀਗਾ, ਇੱਧਰ ਕੋਈ ਸੁੰਡੀ ਸਾਂਡੀ ਵਾਲੀ ਕੋਈ ਕਹਾਣੀ ਨਹੀਂ, ਪਰ ਪੀਣ ਦਾ ਢੰਗ ਬੰਦੇ ਕੋਲੇ ਜ਼ਰੂਰ ਹੁੰਦਾ। ਮੈਂ ਵੀ ਦਾਰੂ ਮੈਨੂੰ 30 ਸਾਲ ਹੋ ਗਏ ਪੀਂਦੇ, ਹੁਣ ਛੱਡਤੀ। ਇੱਧਰ ਮਾੜਾ ਜਿਹਾ ਬਾਪੂ ਜੀ ਮੇਰੇ ਵੱਲ ਧਿਆਨ ਦਿਓ, ਉਹਦੇ 'ਚ ਇਹਨਾਂ ਨੇ ਇੰਨਾ ਕੁ ਪਿੰਗ ਪਾਉਣਾ, ਬਾਕੀ ਸਾਰਾ ਖਾਰੇ ਸੁੱਢ ਨਾਲ ਭਰ ਲੈਣਾ, ਫਿਰ ਉਹਨਾਂ ਹੱਥ 'ਚ ਫੜੀ ਰੱਖਣਾ ਅੱਧਾ ਘੰਟਾ ਨਾ, ਫਿਰ ਉਹਨੂੰ ਹਲਾ ਹਲਾ ਕੇ ਤੜਪਾ ਤੜਪਾ ਕੇ ਪੀਣੀ, ਦੱਸੋ ਅੰਦਰ ਜਾ ਕੇ ਕਰੂਗੀ। ਜੇ ਕਿਤੇ ਸਾਡਾ ਭਾਈਚਾਰਾ ਐਡਾ ਕਦਰ ਦਾ ਗਲਾਸ ਹੁੰਦਾ, ਬਗੈਰ ਪਾਣੀ ਤੋਂ ਗਲਗਸਾ ਜਿਹਾ ਕਰਕੇ ਲੰਡੂ ਜਿਹਾ ਪਿੱਗ ਬਣਾ ਕੇ ਅੰਦਰ ਮਾਰਦੇ, ਫਿਰ ਐਂ ਚੜ੍ਹਦੇ ਜਿਵੇਂ ਪੈਟਰੋਲ ਨੂੰ ਅੱਗ ਲੱਗੀ। ਵੈਸੇ ਇਹਨੂੰ ਤਾਂ ਤੜਫਾ ਤੜਫਾ ਕੇ ਪੀਤਾ ਜਾਵੇ ਦਾਰੂ ਨੂੰ, ਚੰਗੀ ਗੱਲ ਆ। ਕਈ ਬੰਦਿਆਂ ਦਾ ਤਾਂ ਮੇਧਾ ਇੰਨਾ ਮਾੜਾ ਹੁੰਦਾ, ਸਾਡਾ ਆਹ ਬੈਠਾ ਬੰਦਾ, ਮੈਂ ਕਹਿੰਦਾ ਜੇ ਸ਼ਰਾਬੀ ਦੇ ਪਿਸ਼ਾਬ ਕੋਲ ਦੀ ਲੰਘ ਜੇ ਲਲਕਾਰੇ ਮਾਰਨ ਲੱਗ ਜਾ। ਮੈਂ ਹੁਣ ਕਈ ਬੰਦੇ ਢਿੱਲੋਂ ਭਾਜੀ ਹੋਰੀ ਬੈਠੇ ਬਹੁਤ ਅੱਛੇ ਪੱਤਰਕਾਰ ਨੇ,
कई दफा बंदे पुछदे बंदा अमली तो लगता नहीं। ये पक्की गल मैं तुम्हें एक दस दिया भागसर वाले भी अमली दो किस्म के होंगे। एक अमली होंगे भी जो महीना महीना नहाते ही नहीं पूरे हाल गोडे गिटिया से मैल लगी होंगी जी कि नशा करना रेंद खूह जी डोडे डाडे मिले घोल घाल के अद्धी मैल मूल पी के पूरे हाल चलो। एक अमली होंगे बहुत वधिया चिट्टा कुर्ता डब्बिया चादर कटवी जुत्ती डब्बिया परना मोटे से चिट्टी पग एक शीशा मोचना रखते जेब जिथे टाइम मिले मुछदा वाल इधर उधर नहीं होन देना फीम खाते बहुत वधिया। फिर दरवाजे बैठ जाते फिर रगा चो बोलते वह कहता बोलते फिर फीम ही बोलती है। एक ऐसा नाम ली दरवाजे बैठा सामने कित बंदा ट्रैक्टर ले आवे ट्राली च बुढ़िया लद्दियां बंदे लद्दे ते सामने बंदा बैठा उन्हें देखा भी भजन अमली बैठा वह भजने कहना हाँ जी बेल ही आहो जी कहना मैं कि झोना झाड़ना की गल होगी सरदार जी कहना आप माला जहाँ नाल के पिंड जाके आना मुड़ के आना हूँ अमली कोई पता नहीं भी चले कितने चुप करके ट्रैक्टर के मैट गाड़ते बैठ जो गाह गए जेड़े पिंड जा गए उन्हें सोचा वो आप बाजार कहना मरकते आ गए पता ही नहीं लग्या सामने लाश पई है उपर कपड़ा दिता अमली बैठा हूं स्कीमी पै गया भी यार सारे बंदे अफसोस करते भी आप कोई ना गल बिच छेड़ गया तो सही हूँ अमली बंदा किवें अफसोस करता। यह कहता भी जेड़ा अपना काका स्वर्गवास होया इहदी अपना किन्नी उम्र सी कहिंदे जी 20 साल दा फिर तो मुंडे की शादी शुदी भी हजे नहीं हुई होनी नहीं जी कहते शादी की वो दरअसल गल इदा जी भी अजकल फीम के सिकनी सुकनी काफी आने लग गई मुंडा फीम बद खा गया मुंडा तो मर गया कहते जी फीम नहीं सी खाता आहो टोटे केड़ा चंगे आ टोटे मुर्गिया की खुराक खरूक सीटी तुरे जाते रेता रूता पाई जाते बुरा बारा ठोकी तुरे जाते मुंडे डोडे की बात घाट हो गई मुंडा तो मर गया कहते जी डोडे भी नहीं शराब केड़ा चंगी आउंदी है शराब दे मझां मुझां दे टीके टोक दे तुरे फिरदे आ मुंडा शराब बद पी गया मुंडा तां मर गया कहिंदे जी इह तां कोई नशा करदा ही नहीं सी की किहा कहिंदे जी इह कोई नशा नहीं सी करदा कहिंदा पक्की गल आ कहिंदा हां जी साले ने चक्का दुपट्टा मोढे ते चुप करके तुर पिया कहिंदा जिहा जिहा पशु मर गया जिहा जिहा बंदा मर गया इत्थे बैठा मैं की करदा। इस करके भी हर बंदे ने आपो अपनी गल करनी आ ढिल्लो साहब एक ढिलों देख तुसी कैसी गल है भी ढिलों अक्सर देखते कोई मंत्री आ ढिलों कोई तकड़े ट्रांसपोर्टर ढिलों आ कोई MLA ढिलों आ कोई पत्रकार ढिलों एक ढिलों आ खड़ा जिहड़ा मरासी वाला काम कर मैं एक दादा भी जिहड़े ढिलों ने यह काम किया ने मैं करदा हुण कई बंदे पुछदे भाई साहब तुसी नशा पत्ता जरूर करदे हो मैं कह नहीं करदा नहीं करदा सी छड्डता फीम छड्डी शराब छड्डी डोडे छड्डे हुण शरीर छड्डण नूं फिरदा महीने एक दी गल आ मैं शरीर छड्ड भी गया सी मैं मर गया मर के मैं उपर चले उपर देखा धर्मराज जी हो रही कचहरी लाई बैठे उवाजा पी जान चलो हरनामी बखतौरे की हाजिर हो मैं क्या भाई साड़ी बुढ़ी का ना बोलता इतू बाद मेरा नंबर भी लगो मैं तो पिछे मुड़ गया मैं क्या भी मैं क्या ऐ करते आप स्वर्गा चले मैं डंडी डंडी पै के स्वर्गा के राह पै गया जो मैं मेन रोड से पहुंचे उत्थे अपने पंजाब पुलिस वाले नक उत्ते नाका लाई खड़े मैं क्या हद कर दी इतने ही फिर हम जमें इन्हों की बेचारा की मिठी बोली है मैंने कहते किधर मुंह चक्या हो मैं क्या जी मैं तो स्वर्ग चलिया कहते नानकी चलिया आराम ना पैदा नहीं लम्मा पा लागे मैं क्या जी मैं स्वर्ग का तो नहीं जा सकता ना मैं थले पंजाब पुलिस की नौकरी की ना मैं फूड सप्लाई महकमे च रहा ना मैं कोई मंत्री रहा ना मैं किसी सड़क की ठेकेदारी ली है मैं कहा तो नहीं जा सकता मैनू कहते तेनों पहला एक टेस्ट पास करना पो मैं क्या जी किवें उन्होंने ड्रम के उपर एडा वड्डा कुजा तेल का भर के रखा नाल चार खाली दीवे रखे मैं क्या जी इन्हू की करना कहते तेल आए कुजे चो ना एक एक तुपके चार खाली दीवे भरने एक घंटे च जे तू घंटे च भरते फिर तेन स्वर्गा घल देंगे मैं क्या मैं तो अद्धे घंटे च भर देना मैं किया तेल आए कुजे चुंगल लाई तो खाली दीवे च पा मैं फिर तेल आले कुजे चुंगल लाई तो दूजे खाली दीवे च पा जो मैं तीजी बारी तेल आले कुजे च उंगल ला के तीजे खाली दीवे च पाउन लग्या मेरे कन ते पटाक देने चपेट पई मेरी अख खुल गई सराहने मेरे घर आली बैठी सुपने की गल मैनू कहती की करता सी मैं क्या भी मैं तो उपर स्वर्गा जान का टेस्ट दिंदा कहती सवाह टेस्ट देंदे मैं क्या गल की होगी कहती गल की होनी कहती पहला तुसी अपने कन चुंगल पसाई तो मेरे कन च देती मैं कुछ नहीं बोली भी चलो कोई सपना सपना आया मैं क्या फिर कहती फिर तुसी अपने कन चुंगल पसाई तो मेरे नासा च देती मैं फिर कुछ नहीं बोली भी चलो घर आले नूं माफ कर
ਮੈਂ ਕਿਹਾ ਤੈਂ ਮੇਰੇ ਚਪੇੜ ਕਾਹਤੋਂ ਮਾਰੀ ਕਹਿੰਦੀ ਚਪੇੜ ਤਾਂ ਮੈਂ ਤੇਰੇ ਉਦੋਂ ਮਾਰੀ ਜਦ ਤੂੰ ਆਪਣੇ ਨਹਾਸਾ ਚੁੰਗਲ ਪਾ ਕੇ ਮੇਰੇ ਮੂੰਹ 'ਚ ਦੇਣ ਲੱਗੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਪਰ ਪੀਣ ਦਾ ਢੰਗ ਬੰਦੇ ਕੋਲੇ ਜ਼ਰੂਰ ਹੁੰਦਾ ਮੈਂ ਵੀ ਦਾਰੂ ਮੈਨੂੰ 30 ਸਾਲ ਹੋ ਗਏ ਪੀਂਦੇ ਹੁਣ ਛੱਡ ਤੇ ਇੱਧਰ ਮਾੜਾ ਜਿਹਾ ਬਾਪੂ ਜੀ ਮੇਰੇ ਵੱਲ ਧਿਆਨ ਦਿਓ ਉਹਦੇ 'ਚ ਇਹਨਾਂ ਨੇ ਇੰਨਾ ਕੁ ਪਿੱਗ ਪਾਉਣਾ ਬਾਕੀ ਸਾਰਾ ਖਾਰੇ ਸੁੱਟ ਨਾ ਭਰ ਲੈਣਾ ਫਿਰ ਉਹਨਾਂ ਹੱਥ 'ਚ ਫੜੀ ਰੱਖਣਾ ਅੱਧਾ ਘੰਟਾ ਨਾ ਫਿਰ ਉਹਨੂੰ ਹਲਾ ਹਲਾ ਕੇ ਤੜਪਾ ਤੜਪਾ ਕੇ ਪੀਣੀ ਦੱਸੋ ਅੰਦਰ ਜਾ ਕੇ ਕਰੂਗੀ ਜੇ ਕਿਤੇ ਸਾਡਾ ਭਾਈਚਾਰਾ ਐਡਾ ਕਦਰ ਦਾ ਗਲਾਸ ਹੁੰਦਾ ਬਗੈਰ ਪਾਣੀ ਤੋਂ ਗਲਗਸਾ ਜਿਹਾ ਕਰਕੇ ਲੰਡੂ ਜਿਹਾ ਪਿੱਗ ਬਣਾ ਕੇ ਅੰਦਰ ਮਾਰਦੇ ਫਿਰ ਐਂ ਚੜ੍ਹਦੇ ਜਿਵੇਂ ਪੈਟਰੋਲ ਨੂੰ ਅੱਗ ਲੱਗੀ ਵੈਸੇ ਇਹਨੂੰ ਤਾਂ ਤੜਫਾ ਤੜਪਾ ਕੇ ਪੀਤਾ ਜਾਵੇ ਦਾਰੂ ਨੂੰ ਚੰਗੀ ਗੱਲ ਆ ਕਈ ਬੰਦੇ ਦਾ ਤਾਂ ਮੇਧਾ ਇੰਨਾ ਮਾੜਾ ਹੁੰਦਾ ਸਾਡਾ ਆ ਬੈਠਾ ਬੰਦਾ ਮੈਂ ਕਹਿੰਦਾ ਜੇ ਸ਼ਰਾਬੀ ਦੇ ਪਿਸ਼ਾਬ ਕੋਲ ਦੀ ਲੰਘ ਜੇ ਲਲਕਾਰੇ ਮਾਰਨ ਲੱਗ ਜਾ ਮੈਂ ਹੁਣ ਕਈ ਬੰਦੇ ਢਿੱਲੋਂ ਭਾਜੀ ਹੋਰੀ ਬੈਠੇ ਬਹੁਤ ਅੱਛੇ ਪੱਤਰਕਾਰ ਨੇ ਕਈ ਦਫ਼ਾ ਬੰਦੇ ਪੁੱਛਦੇ ਬੰਦਾ ਅਮਲੀ ਤਾਂ ਲੱਗਦਾ ਨੀ ਇਹ ਪੱਕੀ ਗੱਲ ਮੈਂ ਤੁਹਾਨੂੰ ਇੱਕ ਦੱਸ ਦਿਆ ਭਾਗਸਰ ਵਾਲੇ ਉਹ ਵੀ ਅਮਲੀ 2 ਕਿਸਮ ਦੇ ਹੁੰਦੇ ਇੱਕ ਅਮਲੀ ਹੁੰਦੇ ਵੀ ਜਿਹੜੇ ਮਹੀਨਾ ਮਹੀਨਾ ਨਹਾਉਂਦੇ ਹੀ ਨੀ ਪੂਰੇ ਹਾਲ ਗੋਡੇ ਗਿੱਟਿਆਂ ਤੇ ਮੈਲ ਲੱਗੀ ਹੁੰਦੀ ਹੈ ਜੇ ਕਿਤੇ ਨਸ਼ਾ ਕਰਨਾ ਰਹਿੰਦ ਖੂੰਹ ਜੀ ਡੋਡੇ ਡਾਡੇ ਮਿਲੇ ਘੋਲ ਘਾਲ ਕੇ ਉਹ ਦੱਧੀ ਮੈਲ ਮੂਲ ਪੀ ਕੇ ਪੂਰੇ ਹਾਲ ਚਲਾਉਂਦੇ ਇੱਕ ਅਮਲੀ ਹੁੰਦੇ ਬਹੁਤ ਵਧੀਆ ਚਿੱਟਾ ਕੁੜਤਾ ਡੱਬੀਆਂ ਵਾਲਾ ਚਾਦਰ ਕੱਟਵੀਂ ਜੁੱਤੀ ਡੱਬੀਆਂ ਵਾਲਾ ਪਰਨਾ ਮੋਢੇ ਤੇ ਚਿੱਟੀ ਪੱਗ ਇੱਕ ਸ਼ੀਸ਼ਾ ਮੋਚਣਾ ਰੱਖਦੇ ਜੇਬ ਜਿੱਥੇ ਟਾਈਮ ਮਿਲੇ ਮੁੱਛਦਾ ਵਾਲ ਇੱਧਰ ਉੱਧਰ ਨਹੀਂ ਹੋਣ ਦੇਣਾ ਫੀਮ ਖਾਂਦੇ ਆ ਬਹੁਤ ਵਧੀਆ ਫਿਰ ਦਰਵਾਜ਼ੇ ਬੈਠ ਜਾਂਦੇ ਫਿਰ ਰਗਾਂ 'ਚ ਬੋਲਦੇ ਆ ਉਹ ਕਾਹਦਾ ਬੋਲਦੇ ਫਿਰ ਫੀਮ ਹੀ ਬੋਲਦੀ ਹੈ ਇੱਕ ਏਦਾਂ ਦਾ ਅਮਲੀ ਦਰਵਾਜ਼ੇ ਬੈਠਾ ਸਾਹਮਣੇ ਕਿਤੇ ਬੰਦਾ ਟਰੈਕਟਰ ਲਈ ਆਵੇ ਟਰਾਲੀ 'ਚ ਬੁੜੀਆਂ ਲੱਦੀਆਂ ਬੰਦੇ ਲੱਦੇ ਤੇ ਸਾਹਮਣੇ ਬੰਦਾ ਬੈਠਾ ਉਹਨੇ ਦੇਖਿਆ ਵੀ ਭਜਨਾ ਅਮਲੀ ਬੈਠਾ ਉਹ ਭਜਨਿਆ ਕਹਿੰਦਾ ਹਾਂਜੀ ਵਿਹਲਾ ਹੀ ਆ ਹੋ ਜੀ ਕਹਿੰਦਾ ਮੈਂ ਕਿਹੜਾ ਝੋਨਾ ਝਾੜਨਾ ਕੀ ਗੱਲ ਹੋ ਗਈ ਸਰਦਾਰ ਜੀ ਕਹਿੰਦਾ ਆਪ ਮਾਲਾ ਦੇ ਨਾਲ ਦੇ ਪਿੰਡ ਜਾ ਕੇ ਆਉਣਾ ਮੁੜ ਕੇ ਆਉਣਾ ਹੁਣ ਅਮਲੀ ਨੂੰ ਕੋਈ ਪਤਾ ਨਹੀਂ ਵੀ ਚੱਲੇ ਕਿੱਥੇ ਚੁੱਪ ਕਰਕੇ ਟਰੈਕਟਰ ਦੇ ਮੈਡ ਗਾਰਡ ਤੇ ਬੈਠ ਜਦੋਂ ਗਾਹਾਂ ਗਏ ਜਿਹੜੇ ਪਿੰਡ ਜਾ ਗਏ ਉਹਨੇ ਸੋਚਿਆ ਉਹ ਹੋਏ ਆਪਾਂ ਤਾਂ ਯਾਰ ਕਹਿੰਦਾ ਮਰਗ ਤੇ ਆ ਗਏ ਪਤਾ ਹੀ ਨਹੀਂ ਲੱਗਿਆ ਸਾਹਮਣੇ ਲਾਸ਼ ਪਈ ਆ ਉੱਪਰ ਕੱਪੜਾ ਦਿੱਤਾ ਅਮਲੀ ਬੈਠਾ ਹੁਣ ਸਕੀਮੀ ਪੈ ਗਿਆ ਵੀ ਯਾਰ ਸਾਰੇ ਬੰਦੇ ਅਫਸੋਸ ਕਰਦੇ ਵੀ ਆਪਾਂ ਕੋਈ ਨਾ ਗੱਲ ਵਿੱਚ ਛੇੜ ਗਿਆ ਤਾਂ ਸਹੀ ਹੁਣ ਅਮਲੀ ਬੰਦਾ ਕਿਵੇਂ ਅਫਸੋਸ ਕਰਦਾ ਇਹ ਕਹਿੰਦਾ ਵੀ ਜਿਹੜਾ ਆਪਣਾ ਕਾਕਾ ਸਵਰਗਵਾਸ ਹੋਇਆ ਇਹਦੀ ਆਪਣਾ ਕਿੰਨੀ ਕੁ ਉਮਰ ਸੀ ਕਹਿੰਦਾ ਜੀ 20 ਸਾਲ ਦਾ ਫਿਰ ਤਾਂ ਮੁੰਡੇ ਦੀ ਸ਼ਾਦੀ ਸ਼ੂਦੀ ਵੀ ਹਜੇ ਨਹੀਂ ਹੋਈ ਹੋਣੀ ਨਹੀਂ ਜੀ ਕਹਿੰਦੇ ਸ਼ਾਦੀ ਦੀ ਉਹ ਦਰਅਸਲ ਗੱਲ ਇੱਦਾਂ ਜੀ ਵੀ ਅੱਜ ਕੱਲ੍ਹ ਫੀਮ ਦੇ ਵਿੱਚ ਨਾ ਸਟਿਕਣੀ ਸੁਕਣੀ ਕਾਫੀ ਆਉਣ ਲੱਗ ਗਈ ਮੁੰਡਾ ਫੀਮ ਵੱਧ ਖਾ ਗਿਆ ਮੁੰਡਾ ਤਾਂ ਮਰ ਗਿਆ ਕਹਿੰਦੇ ਜੀ ਫੀਮ ਨਹੀਂ ਸੀ ਖਾਦਾ ਆਹੋ ਟੋਟੇ ਕਿਹੜਾ ਚੰਗੇ ਆਉਂਦੇ ਟੋਟਿਆਂ ਦੇ ਵਿੱਚ ਮੁਰਗੀਆਂ ਦੀ ਖੁਰਾਕ ਖਰੂਕ ਸਿੱਟੀ ਤੁਰੇ ਜਾਂਦੇ ਰੇਤਾ ਰੂਤਾ ਪਾਈ ਜਾਂਦੇ ਆ ਬੂਰਾ ਬਾਰਾ ਠੋਕੀ ਤੁਰੇ ਜਾਂਦਾ ਮੁੰਡੇ ਨੂੰ ਡੋਡਿਆਂ ਦੀ ਬਾਤ ਘਾਟ ਹੋ ਗਈ ਮੁੰਡਾ ਤਾਂ ਮਰ ਗਿਆ ਕਹਿੰਦੇ ਜੀ ਡੋਡੇ ਵਰੀ ਸ਼ਰਾਬ ਕਿਹੜਾ ਚੰਗੀ ਆਉਂਦੀ ਆ ਸ਼ਰਾਬ ਦੇ ਵਿੱਚ ਮੱਝਾਂ ਮੁੱਝਾਂ ਦੇ ਟੀਕੇ ਟੋਕਦੇ ਤੁਰੇ ਫਿਰਦੇ ਆ ਮੁੰਡਾ ਸ਼ਰਾਬ ਵੱਧ ਪੀ ਗਿਆ ਮੁੰਡਾ ਤਾਂ ਮਰ ਗਿਆ ਕਹਿੰਦੇ ਜੀ ਇਹ ਤਾਂ ਕੋਈ ਨਸ਼ਾ ਕਰਦਾ ਹੀ ਨਹੀਂ ਸੀ ਕੀ ਕਿਹਾ ਕਹਿੰਦੇ ਜੀ ਇਹ ਕੋਈ ਨਸ਼ਾ ਨਹੀਂ ਸੀ ਕਰਦਾ ਕਹਿੰਦਾ ਪੱਕੀ ਗੱਲ ਆ ਕਹਿੰਦਾ ਹਾਂਜੀ ਸਾਲੇ ਨੇ ਚੱਕਿਆ ਦੁਪੱਟਾ ਮੋਢੇ ਤੇ ਚੁੱਪ ਕਰਕੇ ਤੁਰ ਪਿਆ ਕਹਿੰਦਾ ਜਿਹਾ ਜਿਹਾ ਪਸ਼ੂ ਮਰ ਗਿਆ ਜਿਹਾ ਜਿਹਾ ਬੰਦਾ ਮਰ ਗਿਆ ਇੱਥੇ ਬੈਠਾ ਮੈਂ ਕੀ ਕਰਨਾ ਇਸ ਕਰਕੇ ਵੀ ਹਰ ਬੰਦੇ ਨੇ ਆਪੋ ਆਪਣੀ ਗੱਲ ਕਰਨੀ ਆ ਢਿੱਲੋਂ ਸਾਹਿਬ ਇੱਕ ਢਿੱਲੋਂ ਦੇਖ ਤੁਸੀਂ ਕੈਸੀ ਗੱਲ ਆ ਵੀ ਢਿੱਲੋਂ ਨੂੰ ਅਕਸਰ ਦੇਖਦੇ ਆ ਕੋਈ ਮੰਤਰੀ ਆ ਢਿੱਲੋਂ ਕੋਈ ਤਕੜੇ ਟਰਾਂਸਪੋਰਟਰ ਢਿੱਲੋਂ ਆ ਕੋਈ MLA ਢਿੱਲੋਂ ਆ ਕੋਈ ਪੱਤਰਕਾਰ ਢਿੱਲੋਂ ਇੱਕ ਢਿੱਲੋਂ ਆ ਖੜਾ ਜਿਹੜਾ ਮਰਾਸੀ ਵਾਲਾ ਕੰਮ ਕਰ ਮੈਂ ਇੱਕ ਦੱਸਦਾ ਵੀ ਜਿਹੜੇ ਢਿੱਲੋਂ ਨੇ ਇਹ ਕੰਮ ਕੀਤਾ ਨੇ ਉਹ ਮੈਂ ਕਰਦਾ ਹੁਣ ਕਈ ਬੰਦੇ ਪੁੱਛਦੇ ਭਾਈ ਸਾਹਿਬ ਤੁਸੀਂ ਨਸ਼ਾ ਪੱਤਾ ਜ਼ਰੂਰ ਕਰਦੇ ਹੋ ਮੈਂ ਕਿਹਾ ਨਹੀਂ ਕਰਦਾ ਨਹੀਂ ਕਰਦਾ ਸੀ ਛੱਡਤਾ ਫੀਮ ਛੱਡੀ ਸ਼ਰਾਬ ਛੱਡੀ ਡੋਡੇ ਛੱਡੇ ਹੁਣ ਸਰੀਰ ਛੱਡਣ ਨੂੰ ਫਿਰਦਾ ਮਹੀਨੇ ਕੁ ਦੀ ਗੱਲ ਆ ਮੈਂ ਸਰੀਰ ਛੱਡ ਵੀ ਗਿਆ ਸੀ ਮੈਂ ਮਰ ਗਿਆ ਮਰ ਕੇ ਮੈਂ ਉੱਪਰ ਚਲੇ ਉੱਪਰ ਦੇਖਿਆ ਧਰਮਰਾਜ ਜੀ ਹੋਰੀ ਕਚਹਿਰੀ ਲਾਈ ਬੈਠੇ ਉੱਥੇ ਆਵਾਜ਼ਾਂ ਪਈ ਜਾਣ ਚਲੋ ਹਰਨਾਮੀ ਬਖਤੌਰੇ ਕੀ ਹਾਜ਼ਰ ਹੋ ਮੈਂ ਕਿਹਾ ਬਈ ਸਾਡੀ ਬੁੜੀ ਦਾ ਨਾਂ ਬੋਲਤਾ ਇਸ ਤੋਂ ਬਾਅਦ ਮੇਰਾ ਨੰਬਰ ਵੀ ਲੱਗੂ ਮੈਂ ਤਾਂ ਪਿੱਛੇ ਮੁੜ ਗਿਆ ਮੈਂ ਕਿਹਾ ਬਈ ਮੈਂ ਕਿਹਾ ਐਂ ਕਰਦੇ ਆਪਾਂ ਸਵਰਗਾਂ ਨੂੰ ਚੱਲੇ ਮੈਂ ਡੰਡੀ ਡੰਡੀ ਪੈ ਕੇ ਸਵਰਗਾਂ ਦੇ ਰਾਹ ਪੈ ਗਿਆ ਜਦੋਂ ਮੈਂ ਮੇਨ ਰੋਡ ਤੇ ਪਹੁੰਚਿਆ ਉੱਥੇ ਆਪਣੇ ਪੰਜਾਬ ਪੁਲਿਸ ਵਾਲੇ ਨੱਕ ਉੱਤੇ ਨਾਕਾ ਲਾਈ ਖੜੇ ਮੈਂ ਕਿਹਾ ਹੱਦ ਕਰਦੇ ਵੀ ਇੱਥੇ ਹੀ ਫਿਰਦਾ ਹੁਣ ਜਿਵੇਂ ਇਹਨਾਂ ਦੀ ਵਿਚਾਰਿਆਂ ਦੀ ਮਿੱਠੀ ਬੋਲੀ ਆ ਮੈਨੂੰ ਕਹਿੰਦੇ ਕਿੱਧਰ ਮੂੰਹ ਚੱਕਿਆ ਹੋਇਆ ਮੈਂ ਕਿਹਾ ਜੀ ਮੈਂ ਤਾਂ ਸਵਰਗਾਂ ਨੂੰ ਚੱਲਿਆ ਕਹਿੰਦੇ ਨਾਨਕੀ ਚੱਲਿਆ ਆਰਾਮ ਨਾਲ ਬਹਿ ਜਾਂਦੇ ਲੰਮਾ ਪਾ ਲਾਂਗੇ ਮੈਂ ਕਿਹਾ ਜੀ ਮੈਂ ਸਵਰਗਾਂ ਨੂੰ ਕਾਹ ਤੋਂ ਨਹੀਂ ਜਾ ਸਕਦਾ ਨਾ ਮੈਂ ਥੱਲੇ ਪੰਜਾਬ ਪੁਲਿਸ ਦੀ ਨੌਕਰੀ ਕੀਤੀ ਆ ਨਾ ਮੈਂ ਫੂਡ ਸਪਲਾਈ ਮਹਿਕਮੇ 'ਚ ਰਿਹਾ ਨਾ ਮੈਂ ਕੋਈ ਮੰਤਰੀ ਰਿਹਾ ਨਾ ਮੈਂ ਕਿਸੇ ਸੜਕ ਦੀ ਠੇਕੇਦਾਰੀ ਲਈ ਆ ਮੈਂ ਕਾਹ ਤੋਂ ਨਹੀਂ ਜਾ ਸਕਦਾ ਮੈਨੂੰ ਕਹਿੰਦੇ ਤੈਨੂੰ ਪਹਿਲਾਂ ਇੱਕ ਟੈਸਟ ਪਾਸ ਕਰਨਾ ਪਊ ਮੈਂ ਕਿਹਾ ਜੀ ਕਿਵੇਂ ਉਹਨਾਂ ਨੇ ਡਰੰਮ ਦੇ ਉੱਪਰ ਐਡਾ ਵੱਡਾ ਕੁੱਜਾ ਤੇਲ ਦਾ ਭਰ ਕੇ ਰੱਖਿਆ ਨਾਲ 4 ਖਾਲੀ ਦੀਵੇ ਰੱਖੇ ਮੈਂ ਕਿਹਾ ਜੀ ਇਹਨੂੰ ਕੀ ਕਰਨਾ
ਕਹਿੰਦੇ ਤਾਂ ਤੇਲ ਵਾਲੇ ਕੁੱਜੇ ਚੋਂ ਨਾ ਇੱਕ ਇੱਕ ਤੁਪਕੇ ਦੇ ਨਾਲ ਚਾਰੇ ਖਾਲੀ ਦੀਵੇ ਭਰਨੇ ਇੱਕ ਘੰਟੇ ਚ। ਜੇ ਤੂੰ ਘੰਟੇ ਚ ਭਰਦੇ ਫਿਰ ਤੈਨੂੰ ਸਵਰਗਾਂ ਨੂੰ ਘੱਲ ਦਿਆਂਗੇ। ਮੈਂ ਕਿਹਾ ਮੈਂ ਤਾਂ ਅੱਧੇ ਘੰਟੇ ਚ ਭਰ ਦੇਣਾ। ਮੈਂ ਕੀ ਕੀਤਾ, ਤੇਲ ਵਾਲੇ ਕੁੱਜੇ ਚੁੰਗਲ ਲਾਈ ਤੇ ਖਾਲੀ ਦੀਵੇ ਚ ਪਾ। ਮੈਂ ਫਿਰ ਤੇਲ ਵਾਲੇ ਕੁੱਜੇ ਚੁੰਗਲ ਲਾਈ ਤੇ ਦੂਜੇ ਖਾਲੀ ਦੀਵੇ ਚ ਪਾ। ਜਦੋਂ ਮੈਂ ਤੀਜੀ ਵਾਰੀ ਤੇਲ ਵਾਲੇ ਕੁੱਜੇ ਚ ਉਂਗਲ ਲਾ ਕੇ ਤੀਜੇ ਖਾਲੀ ਦੀਵੇ ਚ ਪਾਉਣ ਲੱਗਿਆ, ਮੇਰੇ ਕੰਨ ਤੇ ਪਟਾਕ ਦੇਣੇ ਚਪੇੜ ਪਈ, ਮੇਰੀ ਅੱਖ ਖੁੱਲ ਗਈ, ਸਰਾਣੇ ਮੇਰੇ ਘਰ ਵਾਲੀ ਬੈਠੀ। ਸੁਪਨੇ ਦੀ ਗੱਲ, ਮੈਨੂੰ ਕਹਿੰਦੀ ਕੀ ਕਰਦਾ ਸੀ। ਮੈਂ ਕਿਹਾ ਵੀ ਮੈਂ ਤਾਂ ਉੱਪਰ ਸਵਰਗਾਂ ਨੂੰ ਜਾਣ ਦਾ ਟੈਸਟ ਦਿੰਦਾ ਸੀ। ਕਹਿੰਦੀ ਸਵਾਹ ਟੈਸਟ ਦਿੰਦੇ ਸੀ। ਮੈਂ ਕਿਹਾ ਗੱਲ ਕੀ ਹੋ ਗਈ। ਕਹਿੰਦੀ ਗੱਲ ਕੀ ਹੋਣੀ ਆ, ਕਹਿੰਦੀ ਪਹਿਲਾਂ ਤੁਸੀਂ ਆਪਣੇ ਕੰਨ ਚ ਉਂਗਲ ਪਸਾਈ ਤੇ ਮੇਰੇ ਕੰਨ ਚ ਦੇ ਦੀ। ਮੈਂ ਕੁਛ ਨੀ ਬੋਲੀ ਵੀ ਚਲੋ ਉਹਨੂੰ ਕੋਈ ਸੁਪਨਾ ਸਪਨਾ ਆਇਆ। ਮੈਂ ਕਿਹਾ ਫੇਰ। ਕਹਿੰਦੀ ਫੇਰ ਤੁਸੀਂ ਆਪਣੇ ਕੰਨ ਚ ਉਂਗਲ ਪਸਾਈ ਤੇ ਮੇਰੇ ਨਾਸਾਂ ਚ ਦੇ ਦੀ। ਮੈਂ ਫੇਰ ਕੁਛ ਨੀ ਬੋਲੀ ਵੀ ਚਲੋ ਘਰ ਵਾਲੇ ਨੂੰ ਮਾਫ ਕਰ। ਮੈਂ ਕਿਹਾ ਤੈਂ ਮੇਰੇ ਚਪੇੜ ਕਾਹਤੋਂ ਮਾਰੀ। ਕਹਿੰਦੀ ਚਪੇੜ ਤਾਂ ਮੈਂ ਤੇਰੇ ਉਦੋਂ ਮਾਰੀ ਜਦ ਤੂੰ ਆਪਣੇ ਨਾਸਾਂ ਚ ਉਂਗਲ ਪਾ ਕੇ ਮੇਰੇ ਮੂੰਹ ਚ ਦੇਣ ਲੱਗੇ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਲੋ ਹੁਣ ਅੱਗੇ ਭਾਈ ਸਾਡਾ ਭਜਨਾ ਅਮਲੀਆ ਰਹਿੰਦਾ ਗੌਰ ਨਾਲ ਸੁਣੋ। ਹਾਂ, ਇਹਦੀ ਭੈਣ ਨੇ ਕੀ LLB ਕਰੀ। ਮਾਹੌਲ ਬਹੁਤ ਵਧੀਆ, ਇੱਕ ਖਾੜਾ ਖੱਬੇ ਹੱਥ ਲੱਗਿਆ ਆ। ਉਹਨਾਂ ਨੇ ਇੱਕ ਗਾਣਾ ਕੀ ਇੱਕ ਲਫ਼ਜ਼ ਨਹੀਂ ਸੁਣਿਆ। ਕੈਸੇ ਸਰੋਤੇ ਆ। ਆਹਾ, ਕੋਈ ਗੱਲ ਨਹੀਂ, ਸੰਭਲ ਗਏ। ਇਹਨਾਂ ਨੂੰ ਲੰਡੂ ਪਿੱਗ ਲਓ ਜਾਂ ਅਚਾਰ ਚਟਾਓ। ਪਤਾ ਨਹੀਂ ਕਿ ਦਾਰੂ ਕਦੇ ਦੇਖੀ ਨਹੀਂ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ। ਇਹ ਕੋਈ ਨਵੀਂ ਆਈਟਮ ਨਹੀਂ ਆ ਜਿਹੜੀ ਅੱਜ ਹੀ ਪੀਣੀ ਆ, ਆਪਾਂ ਨੂੰ ਹਰ ਰੋਜ਼ ਹੀ ਮਿਲਦੀ ਆ, ਜਦੋਂ ਮਰਜ਼ੀ ਪੀ ਲਈਏ। ਗਾਉਣ ਵਾਲੇ ਕਦੇ ਘੱਟ ਹੀ ਆਉਂਦੇ ਆ। ਪਲੀਜ਼ ਮਹਾਰਾਜ, ਬਾਲਾ ਦੇ ਵਿੱਚ ਗੜੀਆਂ ਬਣੀਆਂ ਰਹਿਣ ਪਰਬਾ ਦੀ ਖੈਰ ਹੈ। ਮੈਡਮ ਇੱਧਰ ਚੱਕ। ਓਏ, ਮੈਨੂੰ ਕਈ ਬੰਦੇ ਪੁੱਛਦਾ ਢਿੱਲੋ ਇਸ ਲਾਈਨ 'ਚ ਆ ਕੇ ਤੈਨੂੰ ਕੁਛ ਫਰਕ ਪਿਆ। ਮੈਂ ਹਾਂ, ਕਹਿੰਦੇ ਕੀ, ਮੈਂ ਕਿਹਾ ਮੈਂ ਡਰਪੋਕ ਹੋ ਗਿਆ, ਕਿਉਂਕਿ ਜਟਕਾ ਤਾਂ ਨਿਕਲ ਹੀ ਜਾਂਦਾ ਨਾ, ਸਾਡਾ ਕੰਮ ਆ ਮੀਰ ਆਲਮ ਵਾਲਾ ਮਹਾਰਾਜ ਬਾਲਾ ਦੇ ਵਿੱਚ ਜੋੜੀਆਂ ਬਣੀ ਰਹਿਣ। ਕਹਿੰਦੇ ਤੂੰ ਡਰਪੋਕ ਕਿਵੇਂ ਹੋ ਗਿਆ? ਮੈਂ ਕਿਹਾ ਕਈ ਦਫ਼ਾ ਵਿਆਹਾਂ ਸ਼ਾਦੀਆਂ ਦੇ ਪ੍ਰੋਮ ਤੇ ਜਾਈਦਾ, ਹਰੇਕ ਬੰਦੇ ਨੇ ਸ਼ਕਤੀ ਬਟਰ ਛਕਿਆ ਹੁੰਦਾ, ਇੱਕ ਦੂਜੇ ਚ ਵੱਜਦੇ ਫਿਰ ਉਹਨਾਂ ਦੇ ਬ੍ਰੇਕ ਲੈਦਰ ਘੱਸੇ ਹੁੰਦੇ ਆ। ਜੇ ਮੈਂ ਮਾਈਕ ਤੇ ਖੜ ਕੇ ਕਾਮੇਡੀ ਕਰਾਂ ਸਾਹਮਣੇ, ਇੱਕ ਬੰਦਾ ਬੋਲਦਾ ਐ ਜਾ ਗਾਉਣ ਵਾਲੀ ਨੂੰ ਲਾ, ਫਿਰ ਪੁੱਛੀਦਾ ਬੰਦਾ ਕੌਣਾ? ਕਹਿੰਦੇ ਜੀ ਵਿਆਹ ਵਾਲੇ ਕਾਕੇ ਦਾ ਜੀਜਾ। ਹੁਣ ਜੀਜੇ ਦੀ ਬੜੀ ਠੁੱਕ ਹੁੰਦੀ ਹੈ ਵਿਆਹ 'ਚ, ਨਾ ਇਹਨੂੰ ਘਰ ਵਾਲੇ ਘੂਰਨ, ਨਾ ਦੂਜੇ ਪਾਸੇ ਵਾਲੇ ਘੂਰਨ। ਮੈਂ ਤੁਹਾਨੂੰ ਦੱਸਦਾ ਡਰਪੋਕ ਕਿਵੇਂ ਹੋ ਗਿਆ। ਇੱਕ ਇਲਾਕੇ ਦਾ ਮੈਂ ਨਾਂ ਨਹੀਂ ਲੈਣਾ, ਬਰਾਤ ਦਾ ਪ੍ਰੋਮ, ਸਾਡੇ ਨਾਲ ਗਾਉਣ ਵਾਲੀ ਲੜਕੀ, ਬਰਾਤੀ ਇਹੋ ਜਿਹਾ ਦੇਖੇ ਹਰੇਕ ਬਰਾਤੀ ਕੋਲੇ ਬੰਦੂਕ, ਕਿਸੇ ਕੋਲੇ ਸਿੰਗਲ ਬੈਰਲ, ਕਿਸੇ ਕੋਲ ਡਬਲ ਬੈਰ, ਕਿਸੇ ਕੋਲ ਰਿਵਾਲਵਰ, ਦੋ ਚਾਰ ਗਾਣੇ ਸ਼ੁਰੂ ਹੋਏ, ਉਹਨਾਂ ਨੇ ਠਾ ਠਾ ਚਾਨਣੀਆਂ ਦੀ ਨਗਾਉਣੀਆਂ ਸ਼ੁਰੂ ਕਰਤੀ। ਮੈਂ ਮਾਈਕ ਤੇ ਖੜਾ, ਨੇ ਕਿਹਾ ਮਹਾਰਾਜ ਵਾਲਾ ਦੇ ਵਿੱਚ ਜੋੜੀਆਂ ਬੜੀਆਂ ਰਹਿਣ ਪਰਬਾ ਦੀ ਕਰਕੇ, ਇਹਦੀ ਅੱਖ ਮੂੰਹ ਚ ਨਾ ਮਾਰਿਓ, ਪਟਾਕੇ ਬੰਦ ਕਰੋ। ਸਾਹਮਣੇ ਇੱਕ ਬਜ਼ੁਰਗ ਦਾਰੂ ਨਾਲ ਟੱਕਿਆ ਬੈਠਾ, ਮੈਨੂੰ ਕਹਿੰਦਾ ਕਿਵੇਂ ਆ? ਕਹਿੰਦਾ ਕਾਕਾ, ਕਹਿੰਦਾ ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕੰਮ ਕਰਦੇ। ਮੈਂ ਕਿਹਾ ਬੱਚਿਆਂ ਨੇ ਤਾਂ ਡਰਪੋਕ ਬੰਦੇ ਆ, ਮਰਾਸੀ ਬੰਦੇ ਆ, ਭੱਜ ਜਾਂਗੇ ਬਾਈ ਜੀ ਗੱਲ ਸੁਣ ਕੇ, ਉਦੋਂ ਬਾਅਦ ਲਲਕਾਰੇ ਛੱਡ, ਜੋ ਮਰਜ਼ੀ ਕਰ ਲਿਓ। ਤੇ ਓਦਾਂ ਦੀ ਕਿਤੇ ਬਰਾਤ ਮਰਾਸੀਆਂ ਦਾ ਮੁੰਡਾ ਖੜਾ ਦੇਖਦਾ, ਉਹਨੇ ਸੋਚਿਆ ਯਾਰ ਬਰਾਤੀ ਬੜੇ ਘੈਂਟ ਆ, ਹਰੇਕ ਬੰਦੇ ਕੋਲੇ ਬੰਦੂਕ ਆ, ਕਿਉਂ ਨਾ ਹੋਵੇ ਵੀ ਆਪਾਂ ਵੀ ਆਪਣੀ ਜਨ ਦੇ ਵਿੱਚ ਬੰਦੂਕ ਵਾਲੇ ਬੰਦੇ ਲੈ ਕੇ ਚੱਲੀਏ। ਥੋੜੇ ਦਿਨਾਂ ਬਾਅਦ ਉਹਦਾ ਵਿਆਹ, ਉਹਨੇ ਤਾਂ ਜੀ ਘਰੇ ਜਾ ਕੇ ਰੌਲਾ ਪਾਤਾ ਘਰਦੇ ਨੂੰ, ਕਹਿੰਦਾ ਗੱਲ ਸੁਣੋ, ਕਹਿੰਦਾ ਜਿਹਨੇ ਮੇਰੀ ਜਨ ਚੜਨ ਦਾ, ਕਹਿੰਦਾ ਹਰੇਕ ਬੰਦੇ ਕੋਲੇ ਬੰਦੂਕ ਹੋਣੀ ਚਾਹੀਦੀ ਆ, ਚਾਹੇ ਮੰਗਵੀਂ ਲਿਆਇਓ। ਉਹੀ ਗੱਲ ਜੀ, ਬਰਾਤ ਵਾਲੇ ਦਿਨ ਹਰੇਕ ਮਰਾਸੀ ਕੋਲੇ ਬੰਦੂਕ। ਜਿਹੜੇ ਪਿੰਡ ਜਾ ਕੇ ਬਰਾਤ ਧੁੱਕਣੀ ਸੀ, ਪਿੰਡ ਵਾਲਿਆਂ ਨੇ ਸੋਚਿਆ ਜੀ ਮੀਰ ਆਲਮਾਂ ਦੀ ਬਰਾਤ ਆਉਣੀ ਆ, ਜਸ਼ਨ ਹੋਊ, ਗਾਉਣ ਪਾਣੀ ਹੋਊ, ਨਕਲਾਂ ਹੋਣਗੀਆਂ, ਪਿੰਡਾਂ ਦਾ ਇਕੱਠ ਹੋ ਗਿਆ। ਜਦੋਂ ਬੱਸ ਜਾ ਕੇ ਦਰਵਾਜ਼ੇ ਕੋਲੇ ਰੁਕੀ, ਜਿਹੜਾ ਮਰਾਸੀ ਉੱਤਰੇ ਦਨਾਲ ਬੰਦੂਕ, ਜਿਹੜਾ ਉੱਤਰੇ ਪੱਕੀ ਬੰਦੂਕ। ਪਿੰਡ ਵਾਲੇ ਕਹਿੰਦੇ ਯਾਰ ਕਮਾਲ ਕਰਤੀ, ਮਰਾਸੀਆਂ ਦੀ ਬਰਾਤ ਤਾਂ ਲੱਗਦੀ। ਸਭ ਤੋਂ ਅਖੀਰ ਦੇ ਵਿੱਚ ਇੱਕ ਬੰਦਾ ਉੱਤਰਿਆ, ਉਹਦੇ ਕੋਲ ਐਡਾ ਵੱਡਾ ਗੰਡਾਸਾ, 5 ਫੁੱਟ ਡਾਂਗ ਦੇ ਵਿੱਚ ਜੜਿਆ, ਸਿਰ ਤੇ ਮੜਾਸਾ ਮਾਰਿਆ, ਮੁੱਛਾਂ ਤਾਹਾਂ ਕੀਤੀਆਂ। ਪਿੰਡ ਵਾਲੇ ਕਹਿੰਦੇ ਕਮਾਲ ਆ ਯਾਰ, ਵੀ ਹਰੇਕ ਬੰਦੇ ਕੋਲੇ ਬੰਦੂਕ, ਇਹਦੇ ਕੋਲੇ ਗੰਡਾਸਾ ਕਿਉਂ? ਪਿੰਡ ਵਾਲੇ ਕਹਿੰਦੇ ਪੁੱਛੀਏ ਤਾਂ ਸਹੀ। ਪਿੰਡ ਵਾਲੇ ਕਹਿੰਦੇ ਭਾਈ ਸਾਹਿਬ ਇੱਕ ਮਿੰਟ ਲਈ ਗੱਲ ਸੁਣੀ। ਕਹਿੰਦਾ ਕੀ ਗੱਲ ਆ? ਬੜਾ ਬੇਰੁੱਖਾ ਬੋਲੇ। ਕਹਿੰਦੇ ਜੀ ਗੱਲ ਤਾਂ ਕੁਛ ਨਹੀਂ, ਤੁਸੀਂ ਸਾਨੂੰ ਇੰਨਾ ਹੀ ਦੱਸ ਦਿਓ ਵੀ ਹਰੇਕ ਬੰਦੇ ਕੋਲੇ ਬੰਦੂਕ ਹੈ, ਤੁਹਾਡੇ ਕੋਲੇ ਗੰਡਾਸਾ ਕਿਉਂ? ਕਹਿੰਦਾ ਮੈਂ ਜੱਟ ਹੁੰਦਾ, ਇਹਨਾਂ ਦੀ ਰਾਖੀ ਲਈ ਆਇਆ, ਕਿਤੇ ਇਹਨਾਂ ਤੋਂ ਕੋਈ ਬੰਦੂਕ ਨਾ ਖੋਲੇ। ਇਸ ਕਰਕੇ ਸਾਡਾ ਕੰਮ ਬੜਾ ਨਾਜ਼ੁਕ ਆ, ਖਾਸ ਕਰਕੇ ਮੇਰਾ ਕੰਮ ਤਾਂ ਐਡਾ ਨਾਜ਼ੁਕ, ਅਗਰ ਤੁਸੀਂ ਇੱਕ ਲਫ਼ਜ਼ ਨਾ ਸੁਣਿਆ ਤਾਂ ਮੇਰਾ ਤਾਂ ਕਤਲ ਹੋ ਜਾਣਾ। ਮੈਂ ਤੁਹਾਨੂੰ ਦੱਸਦਾ ਭਾਜੀ, ਬਾਪੂ ਜੀ ਕੁੜੀ ਨੇ ਦੇਖਣੀਆਂ, ਧੂੜ ਚ ਟੁਰ ਲਾ ਦੇ ਜੇ ਮੈਂ ਰਲਦਾ, ਇਸੇ ਕਰਕੇ ਅਸੀਂ ਤੰਗ ਆ। ਅੱਜ ਕੱਲ੍ਹ ਮੁੰਡਾ ਕੁੜੀ ਨੂੰ ਦੇਖਦਾ, ਕੁੜੀ ਕਿੰਨੀ ਕੁ ਸੋਹਣੀ ਆ, ਕੁੜੀ ਮੁੰਡੇ ਨੂੰ ਦੇਖਦੀ ਆ, ਮੁੰਡਾ ਦੇਖਦਾ ਕੁੜੀ ਦਾ ਕੱਦ ਕਾਠ ਕਿੰਨਾ ਕਾ। ਮੇਰਾ ਕਈ ਦਫ਼ਾ ਮੁੰਡਾ ਤਾਂ ਉਹੀ ਤਬਾਕੂ ਦੇ ਬੁੱਢੇ ਜਿਹਾ ਹੁੰਦਾ ਤੇ ਕੁੜੀ 6.5 ਫੁੱਟੀ ਹੁੰਦੀ। ਇਹ ਵੀ ਮਾੜੀ ਗੱਲ ਆ ਮੇਰੇ ਹਿਸਾਬ ਨਾਲ ਦੇਖੀਏ। ਜਿਵੇਂ ਮੇਰੇ ਨਾਲ ਹੁੰਦੀ ਆ, ਮੇਰੇ ਜਨਾਨੀ ਤੋਂ ਬਹੁਤ ਡਰਦਾ, ਡਰਦੇ ਤਾਂ ਸਾਰੇ ਹੀ ਆ, ਭਾਵੇਂ ਜਿੰਨੀਆਂ ਮਰਜ਼ੀ ਮੁੱਛਾਂ ਨੂੰ ਵੱਟ ਦੇਈ, ਫਿਰ ਉਹ ਘਰੇ ਜਾ ਕੇ 90% ਬੰਦੇ ਜਨਾਨੀਆਂ ਤੋਂ ਤਹਿਕਦੇ ਆ।
मेरी कुछ हालत थोड़ी ज्यादा पतली है, मैं कहना जे मेरे हिसाब से सोचा जाए तो जनानी का भार भी तोल लेना चाहिए पहला, क्योंकि मेरे जनानी आ गई भारी और मेरे धोबी पटना पैंता। इतों तक कहानी है, रात को एक दिन कहते दो ढाई बजे रात के डबल बेड से प्या प्या जनानी की लत मेरे ढिड से रखी ना। मैं डरता जनानी नूं हुलावां जो लत का भार मेरे ढिड से कुछ काफी आया तो मेरे आने जे बाहर नूं आउण लगे। मैं हार के जनानी नूं हुलाया, मैं क्या जी उठियो, मैं थोड़े नाल इक बहुत जरूरी गल कर रही हां। तुहानूं पता वी भारी जनानी का घराड़ा भी ओह बड़िंगा तो ओह मुड़ता उहनूं कोई पता नहीं लगा। जदों लत का भार मेरे ढिड से कुछ ज्यादा है, मैं फिर जनानी हुलाया, मैं क्या जी उठियो, मैं थोड़े नाल इक बहुत जरूरी गल कर रही हां। मैनूं कहिंदी की गल करनी आ, मैं क्या मिंट वाली गल आ, तुसीं मैनूं इन्ना ही दस दिओ वी बंदे नूं तड़प तड़प के मरना चाहीदा किको साहे। कहिंदी इक्को साहे। मैं क्या ऐ करो फिर दूजी लत वी रख दे। कुछ मैं गल कर लग्या सी भी मैं खास करके कई बंदे कहिंदे भी भजना वाली साडे महकमे ते तवा लाउंदा। मैं सब तो पहला अपने महकमे ते घरों तवा शुरू करदा, बुढ़े बुढ़ी तो लैके घर वाली तो लैके जवाका तो। मेरी जनानी ब्याह मेरा भी होया सी, बेचारी बहुत सिद्ध पदरी है, ओनू कुछ पता नहीं गीत संगीत किनूं कहिंदे आ, कॉमेडी किनूं कहिंदे आ, रोटी राटियां लाहियां जवाक धोते वगैरा स्कूल कले। मैं उन्हूं कई दफा कहिंदा भागवान ने मेरे नाल चल बाहर, तैनूं मैं कदे पुराण सुनावां तैनूं पता लगे वी लोक ढिल्लों नूं किन्ना प्यार करदे। मैं धक्के नाल ही प्रोफेसर मोहन सिंह मेले ते लै गया पिछले साल दी गल। मैं तुहानूं दस्सदा वी जनानियां बैठियां कित्थे हुंदियां ते दिमाग कित्थे हुंदा। सारियां जनानियां दी गल नहीं करदा, मैं अपने घर वाली दी गल करदा। मेरे नाल बैठी आ सामणे मुहम्मद सदीक ते रणजीत कौर दा प्रोग्राम चल रहा सी, उहनां दा इक बड़ा मशहूर गीत सी, उहनां ने गाणा गाया ਹਨੇਰੀਆਂ ਜਾਂ ਹਨੇਰੀਆਂ ਨੀ ਬਿੱਲੋ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ। ਪ੍ਰੋਗਰਾਮ ਸੁਣ ਕੇ ਘਰੇ ਆ ਗਈ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਉਹਨਾਂ ਨੇ ਕਿਹੜਾ ਗਾਣਾ ਗਾਇਆ ਸੀ ਤੇ ਕਹਿੰਦੀ ਜੀ ਗਾਣਾ ਗੂਣਾ ਤਾਂ ਉਹਨਾਂ ਨੇ ਕੋਈ ਨੀ ਗਾਇਆ ਸੀ ਤੇ ਆਪਣਾ ਮੌਸਮ ਦਾ ਹਾਲ ਜਾਂ ਦੱਸ ਦਿਓ ਜੀ। ਕਹਿੰਦੇ ਮੈਂ ਹਨੇਰੀਆਂ ਨੂਰੀਆਂ ਮੀਂਹ ਮੁਕਾ ਆਪੀ ਆਉਣਗੇ ਵੀ ਪਾਥੀਆਂ ਪੂਥੇ ਅੰਦਰ ਕਰ ਲਓ। ਇੱਥੋਂ ਤੱਕ ਹੀ ਬਸ ਨੀ, ਇੱਕ ਉਹਨਾਂ ਨੇ ਹੋਰ ਗਾਣਾ ਗਾਇਆ, ਉਹਨਾਂ ਦਾ ਬੜਾ ਪਿਆਰਾ ਗੀਤ ਸੀ, ਐਵੇਂ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ ਨੀ ਕੁੱਠਾ ਪੰਗਾ ਲੈ ਲਿਆ ਜੱਟੀ। ਮੈਂ ਕਿਹਾ ਦੂਜਾ ਗਾਣਾ ਉਹਨਾਂ ਨੇ ਕਿਹੜਾ ਗਾਇਆ ਸੀ ਤੇ ਆਪਣਾ ਉਹ ਕਹਿੰਦੇ ਸੀ ਨਾ ਵੀ ਕਿੱਦਾਂ ਬੋਕ ਬਾਕ ਖੁੱਲਿਆ ਫਿਰਦਾ ਵੀ ਜਵਾਕਾਂ ਨੂੰ ਅੰਦਰ ਹੀ ਰੱਖੋ ਤੇ ਸਿੰਘਾਂ ਨੂੰ ਹੱਥ ਲਾ ਕੇ ਮੇਕ ਪੁੱਠਾ ਜਿਹਾ ਪੰਗਾ ਨਾ ਲੈ ਬੈਠੇ। ਤੁਸੀਂ ਬਹੁਤ ਵਧੀਆ ਮੂਡ 'ਚ ਬੈਠੇ ਹੋ, ਥੈਂਕ ਯੂ ਸੋ ਨਾਈਸ ਆਫ ਯੂ। ਇਸ ਤੋਂ ਬਾਅਦ ਮੈਂ ਫਿਰ ਬੇਨਤੀ ਕਰੂੰਗਾ, ਸਾਡੇ ਨਾਲ ਹੋਰ ਬਹੁਤ ਅੱਛੇ ਕਲਾਕਾਰ ਆ, ਮਿਸਟਰ ਪੰਨੂ ਇਹਦੀ ਗੱਲ ਸੁਣ ਲਓ। ਮੈਂ ਪਰਸੋਂ ਚੌਥੇ ਦੇ ਘਰੇ ਗਿਆ, ਸਾਧ ਨੂੰ ਕੁੱਟੀ ਜਾਵੇ, ਮੈਂ ਕਿਹਾ ਕੀ ਗੱਲ ਹੋ ਗਈ ਪੰਨੂ, ਕਹਿੰਦਾ ਯਾਰ ਐਡਾ ਬਲਾ 'ਚ ਸਾਧ। ਮੈਂ ਕਿਹਾ ਗੱਲ ਕੀ, ਕਹਿੰਦਾ ਆ ਕੇ ਅਲਖ ਜੀ ਜਗਾਈ, ਕਹਿੰਦਾ ਬੀਬੀ ਜੀ ਖੈਰ ਪਾਓ, ਕਹਿੰਦਾ ਮੈਂ ਬਾਥਰੂਮ 'ਚ ਨਹਾਉਂਦਾ ਸੀ। ਮੈਂ ਕਿਹਾ ਫਿਰ, ਕਹਿੰਦਾ ਮੇਰੇ ਘਰ ਵਾਲੀ ਕਹਿੰਦੀ ਬਾਬਾ ਆਇਆ ਕਰੀ ਮੁੜਦੇ ਗੇੜੇ ਆ ਜੀ, ਮੈਂ ਜਵਾਕ ਨੂੰ ਦੁੱਧ ਚੰਗਾਉਣੀ ਆ। ਕਹਿੰਦਾ ਨਾ ਨਾ ਫੱਕਰ ਬਹੁਤ ਦੂਰੋਂ ਆਇਆ ਬੀਬੀ, ਫਟਾਫਟ ਤੂੰ ਖੈਰ ਪਾ। ਕਹਿੰਦੀ ਬਾਬਾ ਤੈਨੂੰ ਕਹਿੰਦਾ ਤਾਂ ਹੈ ਮੈਂ ਜਵਾਕ ਨੂੰ ਦੁੱਧ ਚੰਗਾਉਣੀ ਆ, ਮੁੜਦੇ ਗੇੜੇ ਖੈਰ ਲਈ। ਕਹਿੰਦਾ ਰਹਿਣ ਦੇ ਬੀਬੀ ਤੂੰ ਫਟਾਫਟ ਖੈਰ ਪਾ। ਹਾਂ ਕਹਿੰਦਾ ਤੂੰ ਕਿਹੜਾ ਮੱਝ ਆ ਵੀ ਇੱਕ ਵਾਰੀ ਲੱਭ ਚੱਕ ਕੇ ਦੁਬਾਰਾ ਮਿਲ ਲੈਣੀ। ਲਾ ਮਿਸਟਰ ਪੰਨੂ ਉਹ ਤੁਹਾਡੇ ਸਾਹਮਣੇ ਕੋਈ ਆਪਣੇ ਮਨਪਸੰਦ ਦਾ ਜੋਕ ਬੋਲਣਗੇ, ਉਸ ਤੋਂ ਬਾਅਦ ਕਰਤਾਰ ਹਮਲਾ। ਥੈਂਕ ਯੂ। ਲਓ ਕਾਕਾ ਜੀ ਨੇ ਮਸ਼ੇਰ ਸਾਹਿਬ ਚੱਕ ਸ਼ੇਰੇਵਾਲ ਤੋਂ 100 ਰੁਪਇਆ, ਉਹ ਵੀ ਭੇਜ ਕੇ ਸਾਡਾ ਮਾਣ ਕਰਦੇ ਨੇ। ਲਓ ਇਸ ਤੋਂ ਪਹਿਲਾਂ ਕਿ ਮੈਂ ਕੋਈ ਤੁਹਾਨੂੰ ਹੱਸ ਵਾਲੀ ਗੱਲ ਸੁਣਾਵਾਂ, ਲਓ ਇੱਕ ਹੋਰ ਬਹੁਤ ਖੂਬਸੂਰਤ ਆਈਟਮ ਲੈ ਕੇ ਤੁਹਾਨੂੰ ਚੰਡੀਗੜ੍ਹ ਵਿਖਾਉਣ ਲਿਜਾ ਰਹੇ ਨੇ ਸਾਡੇ ਬਲਵੰਤ ਰਾਹੀ ਜੀ। ਮੈਂ ਆਏ ਹੋਏ ਸੱਜਣਾਂ ਦਾ ਸਾਰਿਆਂ ਦਾ ਬੜਾ ਧੰਨਵਾਦੀ ਹੈ। ਹੱਸਣਾ ਖੇਡਣਾ ਮਨ ਕਾ ਚਾਓ ਤੇ ਲਿਖਿਆ ਵਿੱਚ ਗੁਰਬਾਣੀ। ਜਿਹੜਾ ਬੰਦਾ ਦਿਹਾੜੀ 'ਚ ਇੱਕ ਅੱਧੀ ਵਾਰੀ ਹੱਸ ਲੈਂਦਾ ਉਹਦੀ ਸਾਰੀ ਤੰਦਰੁਸਤੀ ਦੂਰ ਹੋ ਜਾਂਦੀ ਹੈ। ਮੇਰੇ ਘਰ ਵਾਲੀ ਮੈਨੂੰ ਕਹਿੰਦੀ ਹੈ ਕਿ ਮੈਂ ਚੰਡੀਗੜ੍ਹ ਦੇਖਣਾ। ਮੈਂ ਕਿਹਾ ਜੀ ਚੰਡੀਗੜ੍ਹ ਵਿਖਾ ਦਿੰਦੇ, ਕਿਹੜੀ ਗੱਲਾਂ 'ਚੋਂ ਗੱਲ ਆ। ਉਹਨੂੰ ਕਹਿ ਚੰਡੀਗੜ੍ਹ ਨਾ ਜਾਈ, ਫੇਰ ਚੰਗੀ ਰਹੇਗੀ, ਜਦੋਂ ਬੜੈਲ ਜੇਲ 'ਚ ਜਾ ਕੇ ਸ਼ਨਾਖਤਾਂ ਕਰਾਉਂਦੀ ਵਿਜੇ ਦੇਵੀ ਤੇ ਉਹ ਲੱਤਾਂ ਉੱਤੇ ਰੱਖ ਕੇ ਨਹੀਂ ਸੁਣਦੀ, ਉਹ ਠੀਕ ਠਾਕ ਹੀ ਵਿਆਹ ਵਾਲੇ ਜਿਹਨਾਂ ਦੀ ਬਦੌਲਤ ਸਾਰੇ ਮੇਰੇ ਵੀਰ ਇਕੱਠੇ ਹੋਏ ਅੱਜ ਖੁਸ਼ੀਆਂ ਮਨਾਉਣੇ, ਉਹ 100 ਰੁਪਈਆ ਅੱਜ ਦੀ ਮਹਿਫਲ ਦੀ ਸ਼ਾਨ ਦੇ ਕੇ ਗਏ ਨੇ। ਵਿਆਹ ਵਾਲੇ ਕਾਕਾ ਜੀ ਮੈਂ ਬਹੁਤ ਧੰਨਵਾਦੀ। ਢਿੱਲੋਂ ਸਾਹਿਬ ਬਹੁਤ ਹੀ ਵਧੀਆ ਨੇ, ਕੌਮਡੀ ਵੀ ਬਹੁਤ ਵਧੀਆ ਨੇ, ਅੱਛੇ ਨੇ। ਬਾਕੀ ਇਹ ਗੱਲ ਹੈਗੀ ਹੈ ਕਿਸੇ ਦੇ ਵਿਆਹ ਦੇ ਵਿੱਚ ਖਿਚੜੀ ਨਹੀਂ ਘੋਲੀ ਦੀ ਹੁੰਦੀ, ਆਪਣੀ ਗੱਲ ਹੀ ਕਰੀਦੀ ਹੁੰਦੀ ਹੈ। ਮੇਰੇ ਘਰ ਵਾਲੀ ਮੈਨੂੰ ਕਹਿੰਦੀ ਚੰਡੀਗੜ੍ਹ ਵੇਖਣਾ, ਮੈਂ ਕਿਹਾ ਜੀ ਵਿਖਾ ਦਿੰਦੇ ਹਾਂ। ਚੰਡੀਗੜ੍ਹ ਵੇਖਣ ਦੀ ਤਿਆਰੀ ਕੀਤੀ ਤੇ ਬੱਸਾਂ ਅੱਡੇ ਜਦੋਂ ਵਿੱਚ ਗਏ ਤੇ ਬੱਸਾਂ ਅੱਡੇ ਦਾ ਕੀ ਵੇਖਿਆ, ਬੱਸਾਂ ਦੀ ਹੜਤਾਲ ਹੋ ਗਈ।
मेरे घर वाली मैनू कहिंदी है, कहिंदी जी बसां दी हड़ताल हो गई हुण किवें जाणा। मैं कि एक महकमा इहो जिहा जिहड़ा 24 घंटे रात दिन सेवा करदा, कहिंदे उह किहड़ा, मैं कहा ट्रक ड्राइवर। मैं कहा जीजी रोड ते जावांगे, ट्रक नूं हाथ देवांगे ते चंडीगढ़ पहुंच जांगे। जाण दी तैयारी कीती, नाल चार पंज यार मित्र लै लए, जीजी रोड ते जाके ट्रक नूं हाथ दित्ता, नहीं रुकिया चलिया गया, फिर हाथ दित्ता, नहीं रुकिया लंघिया। मेरे यार मित्र कहिंदे घरदिआं नूं नाल लिआंदा, मैं कहा लिआंदा जी। कहिंदे उन्हां नूं जीजी रोड ते खड़िया करो, वेखो ट्रक किवें रुकदा। उन्हां दिनां च इक फैशन बड़ा तंग जिहा चलिया सी, ब्रेकां वाला फैशन कहिंदे आ, एक गिर तो ज्यादा जेदा कि पैर पुटो की जेदे चिर हो जाता है। मेरे घर वाली ट्रक रोकन आउंदी है, वेखो हुण किवें आउंदी है। बुधवार वीरवार बुधवार वीरवार ओ मगरों आई है जीटी रोड ते, ब्रेकां वजियां आउंदिया सारी ड्राइवर साहब कहिंदे कहिंदे किथे जाना सोने हो। मैं कहिंदी सोने दे नाल असीं वी हैगे। कहिंदे जाना किथे आ, मैं कहिंदी चंडीगढ़। मैनूं नहीं पुछिया उहने, मेरे घर वाली दा गुट फड़िया अपनी सीट ते भाड़िया, किथे भाया जिथे गेर बदली होंदी है। परले बन्ने भी भज गए, अहीं भी बह गए। जदों बैठे चाबी लाई गड्डी स्टार्ट कीती, फिर गेर बदली कीता। मैं कहा जी ड्राइवर साहब ये की करदे हो, कहिंदा भी थल्ले जगह हैगी तंग, तुसीं चलो टूल बस च। मैं अपने घर वाले नूं कहा, मैं कहा चल भी टूल बस च चलीए। कहिंदा ना, तुसीं बैठोगे उत्थे ते इह बैठूगी इत्थे। उत्ते जाके अरदास कीती, हे सच्चा पातशाह जे ते होई सियाणी ते मौका जाऊ सांभ, नहीं ते 70-72 साल। ओह गल होई, महाराज अगे अरदास कीती, मंजूर हो गई। अगे की वेखिया, इंस्पैक्टर साहब खड़े सी ट्रैफिक दे इंचार्ज, कहिंदे गड्डी रोके, उन्हें गड्डी रोकी। कहिंदा कागज लिया, उन्हें कागज लिया, गड्डी नवी सी कागज पूरे सीगे। कहिंदे तू सवारियां भाईयां, कहिंदा जी कोई सवारी नहीं भाई। कहिंदे ओह कौन बैठी आ, कहिंदा जी ओह ते मेरे घर वाली है, मैं गए काम तो। कहिंदा उत्ते कौन बैठे आ, कहिंदा उत्ते मेरे साले बैठे ही, विआह देखण चले। लो उसे तरह ही रंगला प्रोग्राम लैके तुहाडी सेवा। उस तो पहला आई तुसी मेरी महफिल अमले की कैंसल आई सी, उधर एक मैं होर दस दे, पिछे कुछ नहीं होंदा एवें खेड जाला। मैं तुहानूं दस दिंदा, पहला यह जानवर च हुंदी सी, अजकल बंदिआं च होण लग। ਇੱਕ ਤਰ੍ਹਾਂ ਬਿਜਲੀ ਵਾਲੇ ਖੰਭਾ ਖਿੱਚੀ ਜਾਣ, ਅੱਧਾ ਕੁ ਮੋਢੇ ਤੇ ਰੱਖਿਆ, ਅੱਧਾ ਕੁ ਥੱਲੇ ਲੰਘ ਕੇ, ਹਾਈ ਸ਼ਾਹ ਲਗਾ ਦੇ ਜ਼ੋਰ, ਫਲਾਨਾ ਤੇ ਹੁਕਾ, ਬੜਾ ਕੁਛ ਬਿਜਲੀ ਵਾਲੇ ਕਰਦੇ ਹਨ। ਉਧਰ ਕੇ ਖੰਭੇ ਦੇ ਮਗਰ ਇੱਕ ਕੁੱਤਾ ਲੱਗ ਲਿਆ, ਕੁੱਤਾ ਤੁਰੇਗਾ ਤੁਰੇਗਾ, ਤਿੰਨ ਚਾਰ ਪਰੇ ਹੋਰ ਫਿਰਦੇ। ਉਹਨਾਂ ਨੇ ਸੋਚਿਆ ਖੰਭੇ ਦੇ ਮਗਰ ਕਿੱਧਰ ਚੱਲਣ, ਆਪਣੀ ਬੋਲੀ ਚ ਪੁੱਛਦਾ ਕਹਿੰਦੇ ਕਿੱਧਰ ਆ, ਇਹਦਾ ਚੁੱਪ ਕਰਕੇ ਮਗਰ ਲੱਗ ਲਓ। ਉਹ ਵੀ ਮਗਰ ਲਾ ਲਏ, ਛੇ ਸੱਤ ਪਰੇ ਹੋਰ ਫਿਰਦੇ। ਉਹਨਾਂ ਨੇ ਸੋਚਿਆ ਪੰਜ ਛੇ ਖੰਭੇ ਦੇ ਮਗਰ ਲਾਈਨ ਬਣਾ ਕੇ ਕਿੱਧਰ ਚੱਲਿਆ, ਮਗਰਲੇ ਨੂੰ ਪੁੱਛਦਾ ਕਹਿੰਦੇ ਕਿੱਧਰ ਆ, ਕਹਿੰਦਾ ਚੁੱਪ ਕਰਕੇ ਮਗਰ ਲੱਗ ਲਓ। ਉਹ ਵੀ ਮਗਰ ਲੱਗ ਗਏ। ਤੁਹਾਨੂੰ ਪਤਾ ਵੀ 100 ਦੇ ਮਹੀਨੇ ਚ ਕੁੱਤੇ ਕਰਦੇ ਸੀ, ਫਿਰ ਦਿੰਦੇ 20-25 ਪਰੇ ਬਾਣਾ ਚ ਹੋਰ ਫਿਰਦੇ ਸੀ। ਉਹਨਾਂ ਨੇ ਸੋਚਿਆ 10-12 ਕਿੱਧਰ ਨੂੰ ਚੱਲਿਆ, ਮਗਰਲੇ ਨੂੰ ਆ ਕੇ ਪੁੱਛਦਾ ਕਹਿੰਦੇ ਕਿੱਧਰ ਆ, ਕਹਿੰਦਾ ਚੁੱਪ ਕਰਕੇ ਮਗਰ ਲੱਗ। 25-30 ਕੁੱਤੇ ਖੰਭੇ ਦੇ ਮਗਰ ਲਾਈਨ ਬਣਾ ਕੇ ਤੁਰੇ ਜਾਂਦੇ, ਜਦੋਂ ਕਾਫੀ ਦੂਰ ਨਿਕਲ ਗਏ, ਮਗਰਲਾ ਕਹਿੰਦਾ ਵੀ ਚੱਲੇ ਕਿੱਥੇ ਆ, ਇਹਨੇ ਪਤਾ ਨਹੀਂ। ਕਹਿੰਦੇ ਪਤਾ ਕਿਹਨੂੰ ਆ, ਇਹਨੇ ਸਭ ਤੋਂ ਮੂਹਰਲੇ ਨੂੰ ਪਤਾ। ਕਹਿੰਦੇ ਫਿਰ ਉਹਨੂੰ ਪੁੱਛੋ, ਮੂਹਰਲੇ ਨੂੰ ਪੁੱਛਿਆ ਕਹਿੰਦੇ ਕਿੱਧਰ ਮੂੰਹ ਚੱਕਿਆ ਹੋਇਆ, ਚੱਲੇ ਕਿੱਥੇ ਆ। ਉਹ ਕਹਿੰਦਾ ਜਾਣਾ ਖੂਹ ਚਾਹ, ਕਹਿੰਦਾ ਤੁਸੀਂ ਚੁੱਪ ਕਰਕੇ ਲਾਈਨ ਬਣਾ ਕੇ ਖੰਭੇ ਦੇ ਮਗਰ ਮਗਰ ਤੁਰਿਆ ਵੋ। ਕਹਿੰਦਾ ਇਹਨਾਂ ਨੇ ਗਾਹਾਂ ਜਾ ਕੇ ਖੰਭਾ ਕੱਢਣਾ, ਕਹਿੰਦਾ ਆਪਾਂ ਸਾਰਿਆਂ ਨੇ ਖੰਭੇ ਤੇ ਮੂਤਣਾ। ਉਹ ਗੱਲਬਾਤ ਕੁਛ ਨੀ ਹੁੰਦੀ, ਐਵੇਂ ਉੱਧਰ ਪਤਾ ਨੀ ਕੀ ਕੋਈ ਕਹਾਣੀ ਹੋਈ ਆ। ਇਹ ਤੇ ਸੱਜਣਾ ਇੱਕ ਆਈਟਮ ਦੀ ਫਰਮਾਇਸ਼ ਕੀਤੀ ਹੈ ਢਿੱਲੋਂ ਭਾਜੀ ਹੋਰ ਨੇ, ਸੁਰਮੇ ਦੀ ਸੁਰਮਾ ਸੀ। ਮੇਰੇ ਇੱਕ ਮਹਿਫਲ ਅਮਲੀ ਦੀ ਕੈਸਟ ਆਈ ਸੀ, ਉਹਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਪਿੰਡ ਵਾਲੇ ਬੰਦੇ ਵੀ ਜਦੋਂ ਬੱਸ ਅੱਡੇ ਤੇ ਚਲੇ ਜਾਈਏ, ਬੱਸ ਭਰ ਜਾਂਦੀ ਹੈ, ਬੱਸ ਦੇ ਵਿੱਚ ਕੋਈ ਬੰਦਾ ਰੇਲ ਕਟਰ ਵੇਚਣ ਵਾਸਤੇ ਆਉਂਦਾ, ਕੋਈ ਟੋਪੀਆਂ, ਕੋਈ ਪੈਨ ਪੈਨਸਲ, ਕੋਈ ਰੁਮਾਲ, ਇੱਕ ਸੁਰਮੇ ਵਾਲਾ ਆਉਂਦਾ ਬੱਸ ਦੇ ਵਿੱਚ, ਸੁਰਮਾ ਕਿਸ ਤਰ੍ਹਾਂ ਵੇਚਦਾ ਸੁਣਨ ਵਾਲੀ ਗੱਲ ਆ। ਬੱਸ ਭਰ ਜਾਂਦੀ ਆ, ਆ ਕੇ ਉੱਪਰਲਾ ਡੰਡਾ ਜਿਹਾ ਖੜਕਾਉਂਦਾ, ਲਾ ਵੀਰ ਜੀ ਪੂਜਨੀ ਬਜ਼ੁਰਗ ਯਾਰੋ ਦੋਸਤੋ ਭੈਣੋ ਭਰਾਓ, 5 ਮਿੰਟ ਵਾਸਤੇ ਮੇਰੇ ਵੱਲ ਧਿਆਨ ਦੇਣਾ, ਬੱਸ ਚੱਲਣ ਵਾਲੇ ਬਹਿ ਜਾ ਮਾਤਾ ਜੀ, ਬਹਿ ਜਾ ਕੱਪ ਹੋਏ, ਦੇਖੋ ਜੀ ਮਗਰ ਲਈ ਖਿੜਕੀ ਤਾਣੀ ਆ। ਲਾ ਵੀਰ ਜੀ ਡਾਕਟਰਾਂ ਵਿੱਚੋਂ ਡਾਕਟਰ ਦੇਹੀ ਦਿਆਲ 16 ਸਾਲ ਦੀ ਉਮਰ, 20 ਸਾਲ ਦਾ ਤਜਰਬੇ ਕਾਰ ਤੇ ਪਿੰਡ ਚੋਂ ਜਨਾਨੀ ਲੈ ਕੇ ਹੋ ਗਿਆ ਫਰਾਰ। ਲਾ ਵੀਰ ਜੀ ਮੇਰੇ ਪਾਸ 2 ਨੁਕਸੇ ਨੇ, ਨੇਤਰਹੀਣ ਸੁਰਮਾ ਤੇ ਦੰਦਹੀਣ ਮੰਜਣ। ਮੇਰੇ ਉਸਤਾਦ ਨੇ 12 ਤੇ 12 36 ਸਾਲ ਜੰਗਲਾਂ ਚ ਭੁੱਖੇ ਰਹਿ ਕੇ ਕਿਲੰਬ ਦਾ 3-3 ਕਿਲੋ ਅੰਨ ਖਾ ਕੇ ਸੁਰਮਾ ਤਿਆਰ। ਸੁਰਮੇ ਦੇ ਵਿੱਚ ਕਿਹੜੀਆਂ ਕਿਹੜੀਆਂ ਕਰਾਮਾਤਾਂ ਨੇ, ਕਿਸੇ ਵੇਲੇ ਵੀਰ ਦੀ ਨਿਗਾਹ ਕਮਜ਼ੋਰ ਆ, ਥਾਲੀ ਦੇ ਵਿੱਚ ਕਈ ਕੌਲੀ ਨਜ਼ਰ ਆਉਂਦੀ ਆ, ਥਾਲੀ ਨਜ਼ਰ ਨਹੀਂ ਆਉਂਦੀ, ਗਲਾਸ ਦੇ ਵਿੱਚ ਕਿਆ ਫਿੱਕ ਨਜ਼ਰ ਆਉਂਦਾ, ਗਲਾਸ ਨਜ਼ਰ ਨਹੀਂ ਆਉਂਦਾ।
ਕਿਸੇ ਵੇਲੇ ਵੀ ਨੂੰ ਦਰਦ ਚੰਬਰ ਖਾਰਸ਼ ਮਿਲਣਾ ਬੁਖਾਰ ਰਹਿੰਦਾ ਕਮਰੋੜ ਦੇ ਵਿੱਚ ਦਰਦ ਰਹਿੰਦਾ ਕੰਨਾਂ ਤੋਂ ਉੱਚਾ ਸੁਣਦਾ ਰੋਟੀ ਖਾ ਕੇ ਭੁੱਖ ਨਹੀਂ ਲੱਗਦੀ ਸੌਂ ਕੇ ਨੀਂਦ ਨਹੀਂ ਆਉਂਦੀ ਰਾਤ ਨੂੰ ਭੈੜੇ ਸੁਪਨੇ ਆਉਂਦੇ ਰਾਤ ਨੂੰ ਬੜਾ ਬੜਾ ਕੇ ਉਸਦਾ ਘਰ ਦੇ ਵਿੱਚ ਕਲੇਸ਼ ਰਹਿੰਦਾ ਬੱਚਾ ਨਹੀਂ ਹੁੰਦਾ ਪੈਸੇ ਦੀ ਭੈਣ ਨਹੀਂ ਰਹਿੰਦੀ ਮੱਝ ਦੇ ਨਗਰ ਚੱਕਰੂ ਨਹੀਂ ਵੱਜਦਾ ਉਹਨਾਂ ਦੇ ਲੀਡਰ ਵਾਸਤੇ ਮੇਰੇ ਉਸਤਾਦ ਨੇ ਬਹੁਤ ਸਾਰੀਆਂ ਚੀਜ਼ਾਂ ਪਾ ਕੇ ਸੁਰਮਾ ਤਿਆਰ ਕੀਤਾ ਸਾਰੇ ਨੁਸਖਿਆਂ ਨੂੰ ਰਗੜ ਕੇ ਕੱਪੜ ਛਾਣ ਕਰਕੇ ਇੱਕ ਸਵਾਈ ਅੱਖ ਚ ਕੰਨ ਚ ਪਾ ਕੇ ਮਾਰੋ ਚਿੰਗਿਆਰ ਯਾਰ ਇਸ ਤਰ੍ਹਾਂ ਬਾਹਰ ਜਿਵੇਂ ਮੱਖਣੀ ਚੋਆ ਜਾਗਰ ਜੀ ਵਕਤ ਹੋ ਚੁੱਕਾ ਕੱਢੋ ਕਾਪੀਆਂ ਪੈਨ ਮੇਰਾ ਐਡਰੈਸ ਨੋਟ ਕਰ ਲਓ ਨਾਂ ਮੇਰਾ ਘਈ ਨਹੀਂ ਤਹਿਸੀਲ ਅਜੇ ਪਈ ਨਹੀਂ ਡਾਕਖਾਨਾ ਨਹੀਂ ਨੀ ਇੱਕ ਬਾਈ ਨੇ ਚਿੱਠੀ ਪਾਈ ਸੀ ਉਹ ਮੈਂ ਲਈ ਨੀ ਅਗਰ ਇਹੀ ਸ਼ੀਸ਼ੀ ਤੂੰ ਸਾਡੀ ਦੁਕਾਨ ਤੋਂ ਖਰੀਦਣ ਜਾਵੋ ਤਾਂ ਸ਼ੀਸ਼ੀ ਦੀ ਕੀਮਤ 2 ਰੁਪਏ ਪਰ ਇਸ ਵਕਤ ਕੰਪਨੀ ਦੀ ਮਸ਼ਹੂਰੀ ਵਾਸਤੇ ਸ਼ੀਸ਼ੀ ਦੀ ਕੀਮਤ 1 ਰੁਪਏ ਨਾਲ ਸੁਰਮ ਝੂਰੀ ਕਿਸੇ ਮੇਰੇ ਵੀਰ ਨੂੰ ਭੈਣ ਨੂੰ ਭਾਈ ਨੂੰ ਬਜ਼ੁਰਗ ਨੂੰ ਦੋਸਤ ਨੂੰ ਯੂਟਿਊਬ ਦਾ ਆਵਾਜ਼ ਮਾਰ ਕੇ ਦੱਸ ਤਾਂ ਦੇਖੋ ਦੇਖਣ ਦਾ ਮੁੱਲ ਕੋਈ ਨਹੀਂ ਜਿਹੜਾ ਪਾਓ ਉਹਦੀ ਪਛਤਾਓ ਜਿਹੜਾ ਨਾ ਪਾਓ ਉਹ ਵੀ ਪਛਤਾਓ ਹਜ਼ਾਰਾਂ ਅੰਨੇ ਲੁਕਿਆਂ ਚ ਰੁੜਾ ਚਵਾ ਫਿਰ ਰੋਏ ਮੱਲਾ ਡੱਲਾ ਸੂਪ ਲੰਮੇ ਜੱਟ ਤੇ ਖਾਸ ਕਰ ਭਾਗ ਸਰ ਹਜ਼ਾਰਾਂ ਅੰਨੇ ਮੇਰਾ ਸੁਰਮਾ ਪਾ ਕੇ ਬੈਠੇ ਕਿਸੇ ਮੇਰੇ ਵੀਰ ਨੂੰ ਆਰਾਮ ਨਾਲ ਪਤਾ ਸ਼ੀਸ਼ੀ ਵਾਪਸ ਕਰ ਦੇ ਮੈਂ ਆਉਣ ਜਾਣ ਦਾ ਕਿਰਾਇਆ ਦੇ ਤਾਂ ਜੀ ਸ਼ੀਸ਼ੀ ਦੀ ਕੀਮਤ 1 ਰੁਪਿਆ ਪਾ ਕੇ ਦੇਖੋ ਕੌਣ ਦਾ ਮੁੱਲ ਕੋਈ ਆਇਆ ਬੇਬੇ ਜੀ 1 ਰੁਪਿਆ ਬਾਪੂ ਜੀ ਖੁੱਲੇ ਪੈਸੇ ਭੈਣ ਜੀ 1 ਰੁਪਿਆ 1 ਰੁਪਿਆ ਤਾੜੀਆਂ ਕਿੱਥੇ ਆ रोंदी रही ते लिखदी रही कैसल इन्हां दी आ रही हां हां इन्हां दी कैसल आ रही है रोंदी रही ते लिखदी रही ओए होए फिर तां हां राज मोहम्मद जी रोंदी रही ते लिखदी रही फिर तां जमा ही नहीं सुत्ती होनी बहुत भाई रोंदी रही सुनने वाले भी रोणगे